हाँ जी भी दोस्तों की हाल चाल ने, फिर तुसी कहना कि मास्क ला लिया भाई ने, भाई ये थोड़ी सफोकेशन होंगी मैंने ता करके मैं ला के वीडियो बनाना होना, पर फिर भी मैं ध्यान रखता थोड़े कमेंट्स भी रीड करते होंगे। बाकी है कि जी अज वाली वीडियो तुम सारे ने स्टार्टिंग तो देख ली होनी कि थोड़ी जी स्पैशली डिमांड सी हारले की पंजाब रिलेटेड वो सर होनी पूरी करेंगे। सर की हाल चाल ने, सत श्रीकाल, पहला तो ठीक ठाक हो तुम भी मास्क थोड़ा थले कर सकते जो कंफर्टेबल होता। हाँ जी अजकल मतलब तो बिना सरदा भी नहीं। तो सर जिमें कि मैं चाहना कि तुम अपने आप न आप इंट्रोड्यूस कर ਦਾ ਵਧੀਆ ਕਿਉਂਕਿ ਮੈਨੂੰ ਘੱਟ ਨੌਲੇਜ ਹੈ ਇਸ ਚੀਜ਼ ਦੀ। ਵੀਰ ਜਿਵੇਂ ਅਸੀਂ ਪਹਿਲੇ ਵੀ ਮਿਲੇ ਹਾਂ, ਹਾਂਜੀ ਤੁਹਾਨੂੰ ਪਤਾ ਵੀ ਅਸੀਂ ਜਲੰਧਰ ਦੇ ਵਿੱਚ ਪਿਛਲੇ 6-7 ਸਾਲ ਤੋਂ ਸੁਪਰ ਬਾਈਕਸ ਦਾ ਕੰਮ ਕਰ ਰਹੇ ਹਾਂ ਔਰ ਸਾਡੇ ਕੋਲ ਸਪੈਸ਼ਲੀ ਹਾਰਲੇ ਔਰ ਉਸ ਤੋਂ ਇਲਾਵਾ ਹਰ ਤਰ੍ਹਾਂ ਦੇ ਸੁਪਰ ਬਾਈਕ ਇੱਥੇ ਸਾਡੇ ਕੋਲ ਅਵੇਲੇਬਲ ਹੁੰਦੇ ਨੇ। ਅਸੀਂ ਸੇਲ ਪਰਚੇਸ 'ਚ ਵੀ ਡੀਲ ਕਰਦੇ ਹਾਂ ਪਲੱਸ ਸਾਡੇ ਕੋਲ ਸਰਵਿਸ ਦਾ ਵੀ ਕੰਮ ਹੈ, ਦੋਵੇਂ ਕੰਮ। ਹਾਂਜੀ ਦੋਵੇਂ ਕੰਮ ਨੇ, ਜਿਵੇਂ ਕਿਸੇ ਵੀ ਬਾਈਕ ਦੀ ਦੁਨੀਆ ਦਾ ਕੋਈ ਵੀ ਬਾਈਕ ਹੋਵੇ ਉਹਦੇ 'ਚ ਕੋਈ ਵੀ ਫਾਲਟ ਹੋਵੇ ਉਹ ਅਸੀਂ ਇੱਥੇ ਮਕੈਨੀਕਲੀ ਮੈਂ ਖੁਦ ਕਰਦਾ ਬਾਈ ਹੈਂਡ ਅਸੀਂ ਆਪ ਕਰਦੇ ਹਾਂ ਕੰਮ। ਠੀਕ ਹੈ, ਦੁਬਾਰਾ ਇਹ ਵਾਲੇ ਜਿਹੜੇ ਬਾਈਕ ਨੇ ਇਹ ਸਾਡੇ ਕੋਲ 2014 ਤੋਂ ਲੈ ਕੇ 2020 ਤੱਕ ਮਾਡਲ ਆਲਮੋਸਟ ਹਰ ਤਰ੍ਹਾਂ ਦੇ ਅਵੇਲੇਬਲ ਹੋ ਜਾਂਦੇ ਨੇ। ਇਹਨਾਂ ਦੀ ਜਿਹੜੀ ਪ੍ਰਾਈਜ਼ ਰੇਂਜ ਜਿਹੜੀ ਜਾਂਦੀ ਹੈ ਉਹ ਸਮਝ ਲਓ 2.5 ਲੱਖ ਤੋਂ ਸਟਾਰਟਿੰਗ ਰੇਂਜ ਹੋ ਕੇ ਅਤੇ 5-5.5 ਲੱਖ ਦੇ ਅੰਦਰ ਅੰਦਰ ਇਹ ਵਾਲੇ ਬਾਈਕ ਮਿਲ ਜਾਂਦੇ ਨੇ ਸਟਰੀਟ 750 ਮਾਡਲ। ਇਸ ਤੋਂ ਬਾਅਦ ਜਿਹੜਾ ਇਸ ਤੋਂ ਅਪਰ ਵਰਜ਼ਨ ਆਉਂਦਾ ਉਹ ਆਹ ਵਾਲਾ ਮਾਡਲ ਆਉਂਦਾ, ਇਹਨੂੰ 883 ਕਹਿੰਦੇ ਆਇਰਨ। ਇਹ ਹੋਟ ਸੈਲਿੰਗ ਮਾਡਲ ਹੈ ਬਹਾਰਲੇ ਦਾ ਵੀ, ਮੁੰਡੇ ਕੁੰਡੇ ਇਹ ਬਹੁਤ ਜ਼ਿਆਦਾ ਪਸੰਦ ਕਰਦੇ ਆ ਵਾਲਾ ਬਾਈਕ। ਇਹਨਾਂ ਦੇ ਉੱਤੇ ਬੇਸਿਕਲੀ ਤੈਅ ਕਰਨ ਦੀ ਡਿਪੈਂਡ ਕਰਦਾ ਐਕਸੈਸਰੀ ਦਾ ਮੁੱਲ, ਜਿਵੇਂ ਇਹਨੂੰ ਤੁਸੀਂ ਦੇਖਦੇ ਹੋ ਸਲੰਸਰ ਲੱਗੇ ਆ ਜਿਹੜੇ ਐਗਜ਼ੋਸਟ ਸਪੈਸ਼ਲ ਐਗਜ਼ੋਸਟ ਹੈਗੇ ਆ। ਉਸ ਤੋਂ ਬਾਅਦ ਜਿਹੜੀ ਇਸ ਤੁਸੀਂ ਸਕਲ ਵਾਲੀ ਥੀਮ ਦੇਖ ਰਹੇ ਹੋ ਇਹ ਸਾਰੀ ਪੂਰੀ ਥੀਮ ਲੱਗੀ ਹੈ ਉੱਧਰ ਵਾਲੀ ਸਾਈਡ 'ਤੇ। ਇਹ ਚੀਜ਼ਾਂ ਸਾਰੀਆਂ ਮਤਲਬ ਜਿਵੇਂ ਕਹਿ ਲਓ ਗਹਿਣਿਆਂ ਵਰਗਾ ਹਿਸਾਬ ਹੈ, ਕੀਮਤੀ ਚੀਜ਼ਾਂ ਨੇ। ਅਤੇ ਜਦੋਂ ਅਸੀਂ ਸੈਕਿੰਡ ਹੈਂਡ ਬਾਈਕ ਲੈਂਦੇ ਹਾਂ ਨਾ ਸਾਨੂੰ ਇਹ ਚੀਜ਼ਾਂ ਨਾਲ ਲੱਗੀਆਂ ਮਿਲ ਜਾਂਦੀਆਂ ਨੇ, ਇਸ ਚੀਜ਼ ਦਾ ਸਾਨੂੰ ਬੈਨੀਫਿਟ ਹੋ ਜਾਂਦਾ। ਨਵਾਂ ਜਦੋਂ ਤੁਸੀਂ ਬਾਈਕ ਲੈਣਾ ਨਾ ਉਹਨਾਂ ਨੇ ਸਮਝ ਲਓ ਤੁਹਾਨੂੰ ਖਾਲੀ ਪਲਾਟ ਦੇਣਾ, ਕੋਠੀ ਤੁਸੀਂ ਆਪ ਬਣਾਓ ਆਪਣੇ ਹਿਸਾਬ ਦੀ। ਇਹਨਾਂ ਵਿੱਚ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਨਾਲ ਲੱਗੀਆਂ ਮਿਲ ਜਾਂਦੀਆਂ ਸੈਕਿੰਡ ਹੈਂਡ ਬਾਈਕ ਦੇ ਵਿੱਚ। ਇਹ ਵਾਲਾ ਜਿਹੜਾ ਮਾਡਲ ਆਇਰਨ ਮਾਡਲ ਹੈ ਇਹ ਤਕਰੀਬਨ 3.5-4 ਲੱਖ ਤੋਂ ਸ਼ੁਰੂ ਹੋ ਕੇ 7-7.5 ਲੱਖ ਦੇ ਬਿਟਵੀਨ 12-13, 14-15, 16-17 ਇਸ ਤਰ੍ਹਾਂ ਦੇ ਮਾਡਲ ਡਿਫਰੈਂਟ ਮਾਡਲ ਮਿਲ ਜਾਂਦੇ ਆ। ਇੱਕ ਬਾਈਕ ਇਸ ਤੋਂ ਬਾਅਦ ਆਹ ਦੇਖੋ, ਇਹ ਵੀ 750 ਹੋਈ ਹੈ ਪਰ ਇਹਨਾਂ ਦਾ ਨਾਂ ਰੱਖਿਆ ਸਟਰੀਟ ਰੋਡ 750। ਇਹਦੇ ਵਿੱਚ ਅੱਗੇ ਡਬਲ ਡਿਸਕ ਕਰ ਦਿੱਤੀ ਇਹਨਾਂ ਨੇ। ਇਸ ਹਾਰਲੇ ਦੀ ਸਭ ਤੋਂ ਲੇਟੈਸਟ ਮਸ਼ੀਨ ਅਸੀਂ ਇਹਨੂੰ ਕਹਿੰਦੇ ਹਾਂ, ਮਤਲਬ ਇਹ ਸਭ ਤੋਂ ਲੇਟੈਸਟ ਜਿਹੜਾ ਬਾਈਕ ਜਿਹੜਾ ਲਾਂਚ ਕੀਤਾ ਨਾ ਹਾਰਲੇ ਨੇ ਉਹ ਇਹੀ ਵਾਲਾ ਮਾਡਲ। ਔਰ ਇਹ ਵਾਲੇ ਬਾਈਕ 16 ਚ ਲਾਂਚ ਹੋਏ ਆ। ਇਹ ਵਾਲਾ ਮਾਡਲ ਜਿਹੜਾ 4.5 ਤੋਂ ਲੈ ਕੇ 6 ਲੱਖ ਦੇ ਬਜਟ ਦੇ ਵਿੱਚ ਅਵੇਲੇਬਲ ਹੋ ਜਾਂਦੇ ਆ। ਆਇਰਨ 'ਚ ਮੇਰੇ ਕੋਲ ਇੱਕ ਉਹ ਵੀ ਆਪਸ਼ਨ ਖੜੀ ਹੈ, ਇਹ ਅਸਲ 'ਚ 883 ਬਾਈਕ ਹੈ ਬਟ ਇਹ 48 ਮਾਡਲ ਆਉਂਦਾ 1200 cc, ਅਸੀਂ ਇਹਨੂੰ ਉਹਦੇ 'ਚ ਕਨਵਰਟ ਕੀਤਾ ਹੋਇਆ ਔਰ ਇਹ ਸਪੈਸ਼ਲ ਕਸਟਮ ਡਿਜ਼ਾਈਨਡ ਬਾਈਕ ਹੈ। ਇਹਦੇ 'ਚ ਅੱਗੇ ਵਾਲਾ ਵੀਲ ਤੁਸੀਂ ਸਪੈਸ਼ਲੀ ਦੇਖੋ, ਜਿਹੜਾ ਵੀਲ ਹੈ ਉਹ 21 inches ਦਾ, ਇਹ ਸਪੈਸ਼ਲੀ ਕਸਟਮ ਡਿਜ਼ਾਈਨ ਕੀਤਾ ਹੋਇਆ ਬਾਈਕ। ਇਹ 1600 cc ਦੇ ਬਾਈਕ ਨੇ, ਇਹਦਾ ਨਾਂ ਸਟਰੀਟ ਵੋਬ ਹੈ, ਡਾਇਨਾ ਫੈਮਲੀ ਦਾ ਬਾਈਕ ਹੈ। ਇਸ ਤਰ੍ਹਾਂ ਦੇ ਮਾਡਲ 12-13 ਮਾਡਲ ਤੋਂ ਸ਼ੁਰੂ ਹੋ ਜਾਂਦੇ ਆ, 5 ਲੱਖ ਤੋਂ ਲੈ ਕੇ 7.5-8 ਲੱਖ ਰੁਪਏ ਤੱਕ ਦੀ ਰੇਂਜ ਵਿੱਚ ਇਹ ਵੀ ਮਿਲ ਜਾਂਦੇ ਨੇ। ਇਸ ਤੋਂ ਵੱਡਾ ਫਿਰ ਉਹ ਫੈਟ ਬੋਬ ਹੈ, ਇਹ ਫੈਟ ਬੋਬ ਮਾਡਲ ਵੀ ਜਿਹੜੇ ਆ
6 लाख तो लैके 7-8 लाख तक रेंज के अवेलेबल हो जाए। इस तरह के बाइक के साढ़े को डिफरेंट ऑप्शन कई अवेलेबल होंगे, जिमें असी कस्टमर को बाइक बेचा हुआ वो बेचना चाहता वो साढ़े को नोट डाउन करा जाते हैं। इन तो अलावा भी साढ़े को बहुत सारिया ऑप्शन ने, स्पोर्ट्स बाइक के हर तरह के बाइक दप्शन अवेलेबल है। प्लस असी जो मकैनिकल काम जिम्मे मैं तुम्हें दसिया ही ऑलरेडी कि असी हर तरह का सुपर बाइक्स का 600 cc तो उत्ते वाले किसी भी बाइक का मकैनिकल काम भी करते हैं। और अदली मैं तुम्हें अपनी वर्कशॉप भी दिखा, जिम्मे देख रहे हो आ बाइक असी खोलिया, यदा सारा मकैनिकल काम होने वाला सगा, आलमोस्ट कंप्लीट है, बस फिटिंग ही करने वाली रह गई है। हर तरह नाल कस्टमाइजेशन भी असी करवा दें, जिम्मे टैंक देख रहे हो आ बाइक का, ये उत्ते जो ग्राफिक्स वगैरह बने हैं ये ग्राफिक्स वगैरह भी असी कस्टम डिजाइन भी करवा दें। किसी ने अपनी बाइक उन्होंने को ऑलरेडी होनू कस्टम पेंट वगैरह जो कराना हो भी असी करवा के दे दें। ये तुसी देखी सारी वीडियो, उम्मीद है कि थोड़ा वधिया लगी होगी, थोड़ी इनफॉर्मेशन भी क्लीयर होगी होगी। तो हम जिम्मे सर ने दसिया सर तरस सिंह की तुसी गल दसी जी, तो तुसी पिक एंड ड्रॉप भी कर रहे? हाँ जी बिल्कुल, साढ़े को RSA वैन प्रॉपर स्पैशल हैगी है, इसी बनाई हुई है। ठीक है, तो असी किसी भी लोकेशन तो जो थोड़ा बाइक कितने ब्रेकडाउन हो गया तो असी उन्होंने उतों पिक करके अपने को लिया के सर्विस करके जो ड्रॉप कहोगे ड्रॉप भी कर देंगे, तुम्हें चला के वापस लेके जाना, ये फैसिलिटी असी दे रहे हैं। सारा पंजाब ही अवेलेबल ऑलमोस्ट तकरीबन? हाँ गड्डी साड़ी जी पंजाब पासिंग है जी, पंजाब से कितने भी तुम आप बाइक चुक लाँगे, अदरवाइज जो पंजाब तो बहर भी हो तो भी साढ़े को लिंक है, असी कितों भी बाइक पिक करा लेंगे, कितने भी ड्रॉप कर देंगे। ठीक है, बाकी सर्विसिंग वगैरह तो ब्रेक बाइक भी कर देने, मतलब कोई भी एक्सीडेंटल बाइक हो कुछ एक्सीडेंटल तुम्हें देखा भी मेरे को एक बाइक खड़ा एक्सीडेंटल, कंपनियों के स्पेयर पार्ट की बड़ी दिक्कत होंगी है, साढ़े लिंक है बहर दी कंट्रियों के, असी उतो स्पेयर पार्ट भी अवेलेबल जल्दी करा लें कंपनी तो, प्लस काम भी हर तरह के हो जाते हैं। ठीक है, लेकिन कई लगभग डिमांड होंगी है कि एजेंसी टाइम लगता है इन चीज़ों का समान भी, कई टाइम सर होना को अवेलेबिलिटी मिल जूगी हर एक चीज़ की, तुम कॉल करके भी कन्फर्म कर सकते हो, नंबर थले शो हो रहे हैं। तो सर जिमें कि आप बाइक्स की गल की है सेल्स, तो यह मतलब जो किसी कोई स्पैशल डिमांड हो तो भी बाइक अवेलेबल कर? बिल्कुल सर, दुनिया का कोई भी बाइक हो, कोई साढ़े कोई बूसा मंग लवे, कोई ZR मंग लवे, कोई ZR, कोई किसी तरह का भी कोई स्पोर्ट्स बाइक, कोई हार्ली, कोई क्रूजर बाइक, ट्रायंफ, रॉकेट, ये वो सब मिल जाए। ठीक है सर, जे किसी ने थोड़ा कॉन्टैक्ट करना हो कि कर सकता है कॉल कर? कॉन्टैक्ट सर नंबर तो तुम दे रहे हले चल रहे हैं, जिम्मे सर जी थोड़ी टाइमिंग है कितने तो कितने? टाइमिंग भी साड़ी सवेरे जिम्मे 10 बजे तो असं इतने आ जाने तो शामी 7 बजे तक। ठीक है, ठीक है सर, मैं चाहता एड्रैस बोल के भी दस दौ। एड्रैस जिमें अपने जलंधर बड़ा मशहूर TV Tower है, TV Tower तो बिल्कुल एग्जैक्ट जलंधर तो नकोदर साइड जाने 10 किलोमीटर अगे आना तो मेन रोड के उत्ते ही मकराना मार्बल के बिल्कुल एडजॉइनिंग B4 बाइक्स के बाहर बोर्ड लगे हुए हैं, ਤੁਸੀਂ ਉੱਥੇ ਆ ਕੇ ਤੇ ਸਟਾਰਟਿੰਗ ਵੀ ਤੁਸੀਂ ਕਲਿੱਪ ਦੇਖੀ ਹੈ, ਮੈਂ ਰੋਡ ਤੋਂ ਐਡ ਆਨ ਕੀਤੀ ਸੀ ਕਿ ਤੁਸੀਂ ਉੱਥੇ ਆ ਸਕਦੇ ਹੋ, ਸਰ ਨੂੰ ਮਤਲਬ ਕੋਈ ਵੀ ਤੁਹਾਡੀ ਇਨਕੁਆਇਰੀ ਹੈ ਕਿਸੇ ਟਾਈਪ ਦੀ ਤੁਸੀਂ ਕਲੀਅਰ ਕਰ ਸਕਦੇ ਹੋ, ਕਿ ਉਮੀਦ ਹੈ ਕਿ ਤੁਹਾਨੂੰ ਸਾਰੀ ਇਨਫੋਰਮੇਸ਼ਨ ਡਿਟੇਲ ਮਿਲ ਗਈ ਹੋ, ਫਿਰ ਵੀ ਜੇ ਆਈ ਨੋ ਕਿ ਕਈਆਂ ਦੇ ਹੋਰ ਬੜੇ ਕੁਐਸਚਨਸ ਹੋਣਗੇ ਤੇ ਤੁਸੀਂ ਸਰ ਨੂੰ ਵਿੱਚ ਜੇ ਕਾਲ ਕਰ ਸਕਦੇ ਹੋ, ਮੈਸੇਜ ਕਰ ਸਕਦੇ ਹੋ ਤੇ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ, ਤੇ ਥੈਂਕ ਯੂ ਸਰ, ਤੇ ਮਿਲਦੇ ਹਾਂ ਨਵੀਂ ਵੀਡੀਓ ਅਗਲੀ ਵੀਡੀਓ ਤੁਹਾਨੂੰ ਜੇ ਅਸਾਂ ਚੈੱਕ ਵੀਡੀਓ ਦਾ ਸ਼ੋਰੂਮ ਪ੍ਰੋਪਰ ਰੈਡੀ ਹੋ ਜਾਊਗਾ ਤੇ ਉਹ ਤੁਹਾਨੂੰ ਉਹਦੀ ਵੀਡੀਓ ਵੀ ਅਸੀਂ ਦਵਾਂਗੇ, ਥੋੜਾ ਟਾਈਮ ਤੱਕ ਥੋੜਾ ਟਾਈਮ ਲੱਗੂਗਾ ਉਹਨੂੰ, ਇਹ ਤੁਹਾਡੀ ਸਾਰਿਆਂ ਡਿਮਾਂਡ ਜ਼ਿਆਦਾ ਸੀ ਕਿ ਹਰ ਰਿਲੇਟਡ ਸਰ ਨੂੰ ਰਿਕੁਐਸਟ ਕੀਤੀ, ਮੈਂ ਕਿ ਸਰ ਸਾਨੂੰ ਵੀਡੀਓ ਦੇ ਇੱਕ ਛੋਟੀ ਜੀ ਤੇ ਜਿਹੜੀ ਕਿ ਲੋਕਾਂ ਨੇ ਕਨਸੈਪਟ ਕਲੀਅਰ ਹੋ ਜਾਣ, ਤੇ ਉਹਦੇ ਲਈ ਸੀਗੀ ਤੇ ਬਾਕੀ ਆਪਾਂ ਜਲਦੀ ਜ਼ਰੂਰ ਜ਼ਰੂਰ ਸ਼ੋਰੂਮ ਜਦੋਂ ਤਿਆਰ ਹੋ ਜਾਏਗਾ ਫਿਰ ਅਸੀਂ ਇੱਕ ਬਿਲਕੁਲ ਵਧੀਆ ਵੀਡੀਓ ਨਵੀਂ ਦੇ ਨਾਲ ਫਿਰ ਤੇ ਥੈਂਕ ਯੂ, ਮਿਲਦੇ ਹਾਂ ਤੇ ਤੁਸੀਂ ਮੈਨੂੰ ਵੀ ਫੋਲੋ ਕਰ ਸਕਦੇ ਹੋ _ ਕਰਨ ਦੇ ਨਾਮ ਤੇ ਇੰਸਟਾਗ੍ਰਾਮ ਡੇਲੀ ਅਪਡੇਟਸ ਲਈ, ਤੇ ਕਿਸੇ ਵੀਡੀਓ ਲਈ ਕਿਸੇ ਵੀ ਕੋਲੈਬੋਰੇਸ਼ਨ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ, ਤੇ ਬਾਏ ਬਾਏ, ਟੇਕ ਕੇਅਰ।